ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 21 ਅਸਲੀ ਸਿੱਖਿਆ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪੰਜਵੀਂ ਜਮਾਤ ਪੰਜਾਬੀ ਪੁਸਤਕ ਨਾਂ ਦੀ ਪਲੇਲਿਸਟ ਹੈ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਕਰ ਸਕਦੇ ਹੋ ਹੁਣ ਆਪਾਂ ਇਸ ਪਾਠ ਨੂੰ ਪੜ੍ਹਦੇ ਹਾਂ ਸਵੇਰ ਤੋਂ ਮੀਂਹ ਪੈ ਰਿਹਾ ਸੀ ਬੱਦਲ ਅਜੇ ਵੀ ਕੁਲੇ ਹੋਏ ਸਨ ਲੱਗਦਾ ਸੀ ਕਿ ਅਜੇ ਹੋਰ ਵੀ ਮੀਂਹ ਪਵੇਗਾ ਨਦੀ ਵਿੱਚ ਕਾਫੀ ਪਾਣੀ ਆ ਗਿਆ ਸੀ ਪਾਣੀ ਦਾ ਵਹਾਅ ਤੇਜ਼ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਨਦੀ ਦਾ ਪਾਣੀ ਲੰਘਣ ਵਾਲਿਆਂ ਨੂੰ ਵੀ ਰੋੜ ਕੇ ਲੈ ਜਾਵੇਗਾ ਅੱਗੇ ਵੀ ਇਵੇਂ ਹੀ ਹੁੰਦਾ ਸੀ ਜਦੋਂ ਬਾਰਿਸ਼ ਜ਼ਿਆਦਾ ਹੋ ਜਾਏ ਤਾਂ ਨਦੀ ਵਿੱਚ ਪਾਣੀ ਦਾ ਵਹਾਅ ਵੱਧ ਜਾਂਦਾ ਸੀ ਉਦੋਂ ਡਰਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ ਨਦੀ ਤੋਂ ਨਦੀ ਤੋਂ ਪਾਰ ਉੱਚੀ ਥਾਂ ਤੇ ਖੜੀਆਂ ਕਰ ਦਿੰਦੇ ਸਨ ਜਿੰਨਾਂ ਸਵਾਰੀਆਂ ਨੇ ਬੱਸ ਲੈਣੀ ਹੁੰਦੀ ਸੀ ਉਹਨਾਂ ਨੂੰ ਨਦੀ ਪਾਰ ਕਰਨੀ ਪੈਂਦੀ ਸੀ ਨਦੀ ਪਾਰ ਕਰਕੇ ਬਸ ਤੱਕ ਜਾਂ ਪਿੰਡ ਪੁੱਜਣਾ ਪੈਂਦਾ ਸੀ ਕਦੇ-ਕਦੇ ਜਦੋਂ ਬਰਸਾਤ ਬਹੁਤੀ ਹੋਵੇ ਅਤੇ ਨਦੀ ਵਿੱਚ ਜ਼ਿਆਦਾ ਪਾਣੀ ਆ ਜਾਏ ਤਾਂ ਕਈ-ਕਈ ਘੰਟੇ ਉਡੀਕਣਾ ਵੀ ਪੈਂਦਾ ਸੀ ਅੱਜ ਨਦੀ ਵਿੱਚ ਬਹੁਤ ਪਾਣੀ ਸੀ ਲੋਕ ਟੋਲੀਆਂ ਬਣਾ ਬਣਾ ਨਦੀ ਪਾਰ ਕਰ ਰਹੇ ਸਨ ਨਿੱਕੇ ਬਾਲਾਂ ਨੂੰ ਵੱਡਿਆਂ ਦੇ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚਾਂਬਲ ਰਹੇ ਸਨ ਕਿਸੇ ਨੇ ਸਾਈਕਲ ਦੇ ਕਰੀਅਰ ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ ਜਿੱਥੇ ਤੱਕ ਨਜ਼ਰ ਜਾਂਦੀ ਨਦੀ ਪਾਰ ਕਰ ਰਹੇ ਲੋਕ ਦਿਖਾਈ ਦਿੰਦੇ ਸਨ ਜੇਕਰ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾਂ ਹੇਠੋਂ ਰੇਤ ਖਿਸਕ ਖਿਸਕ ਜਾਂਦੀ ਸੀ ਸਾਰਿਆਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ ਤੇ ਉਹ ਹੌਲੀ ਹੌਲੀ ਨਦੀ ਪਾਰ ਕਰ ਰਹੇ ਸਨ ਉਦਰ ਸਕੂਲ ਵਿੱਚ ਛੁੱਟੀ ਹੋ ਗਈ ਸੀ ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ ਉਹਨਾਂ ਵਿੱਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ ਉਹ ਵੀ ਲੋਕਾਂ ਵਾਂਗ ਨਦੀ ਵਿੱਚ ਵੜ ਗਏ ਉਸ ਵੇਲੇ ਪਿੱਛੇ ਆ ਰਹੇ ਅਧਿਆਪਕਾਂ ਪਿੱਛੇ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿੱਚ ਰੁੜਨ ਲੱਗੇ ਸਨ ਚਾਰੇ ਪਾਸੇ ਹਾਏ ਤੌਬਾ ਮਚ ਗਈ ਨੌਵੀਂ ਜਮਾਤ ਦਾ ਇੱਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ ਹਰਦੀਪ ਨੇ ਇੱਕ ਪਲ ਵੀ ਨਾ ਢੀਕਿਆ ਉਸਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਰਦਾ ਭੈਣ ਜੀ ਵੱਲ ਵਧਿਆ ਉਹਨਾਂ ਨੂੰ ਫੜ ਕੇ ਡੂੰਘੇ ਪਾਣੀ ਵਿੱਚੋਂ ਘਟ ਪਾਣੀ ਵੱਲ ਲੈ ਆਇਆ ਕਬਰਹਾਟ ਨਾਲ ਸ਼ਰਦਾ ਭੈਣ ਜੀ ਦਾ ਬੁਰਾ ਹਾਲ ਸੀ ਪਰ ਉਹਨਾਂ ਦਾ ਬਚਾਅ ਹੋ ਗਿਆ ਸੀ ਸਾਰੇ ਅਧਿਆਪਕ ਅਧਿਆਪਕਾਂ ਵਿਦਿਆਰਥੀ ਅਤੇ ਹੋਰ ਲੋਕ ਹਰਦੀਪ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ ਅਗਲੇ ਦਿਨ ਜਦੋਂ ਸਵੇਰ ਦੀ ਸਵਾਹ ਹੋ ਰਹੀ ਸੀ ਤਾਂ ਪ੍ਰਾਰਥਨਾ ਤੋਂ ਬਾਅਦ ਮੁਖਧਿਆਪਕ ਜੀ ਨੇ ਹਰਦੀਪ ਦੀ ਬੜੀ ਤਾਰੀਫ ਕੀਤੀ ਸਾਰਿਆਂ ਨੇ ਹਰਦੀਪ ਦੇ ਸਨਮਾਨ ਵਿੱਚ ਤਾੜੀਆਂ ਮਾਰੀਆਂ ਹਰਦੀਪ ਵੀ ਬੜਾ ਖੁਸ਼ ਸੀ ਇਸ ਇਸ ਕਰਦ ਨੂੰ 2-3 ਮਹੀਨੇ ਲੰਘ ਗਏ ਸਕੂਲ ਵਿੱਚ ਸਾਲਾਨਾ ਪ੍ਰੀਖਿਆ ਹੋ ਰਹੀ ਸੀ ਇੱਕ ਦਿਨ 9ਵੀਂ ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ ਹਰਦੀਪ ਵੀ ਪ੍ਰੀਖਿਆ ਦੇ ਰਿਹਾ ਸੀ ਉਸਨੇ ਜਦੋਂ ਦੇਖਿਆ ਕਿ ਉਸ ਦਿਨ ਉਹਨਾਂ ਦੀ ਸ਼੍ਰੇਣੀ ਵਿੱਚ ਪ੍ਰੀਖਿਆ ਦੀ ਨਿਗਰਾਨੀ ਸ਼ਰਦਾਪੈਣ ਜੀ ਕਰ ਰਹੇ ਹਨ ਤਾ ਹਰਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹ ਪੜਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਨੇ ਸੋਚਿਆ ਕਿ ਬਾਕੀ ਪਰਚਿਆਂ ਵਿੱਚੋਂ ਭਾਵੇਂ ਰਹਿ ਜਾਏ ਅੰਗਰੇਜ਼ੀ ਵਿੱਚੋਂ ਉਹ ਪਾਸ ਹੋ ਹੀ ਜਾਵੇਗਾ ਸ਼ਰਦਾ ਭੈਣ ਜੀ ਅੰਗਰੇਜ਼ੀ ਦੇ ਪਰਚੇ ਵਿੱਚ ਉਸ ਨੂੰ ਨਕਲ ਕਰਨ ਤੋਂ ਰੋਕਣਗੇ ਨਹੀਂ ਉਸ ਨੂੰ ਯਾਦ ਆਇਆ ਕਿ ਉਸਨੇ ਨਦੀ ਵਿੱਚ ਰੁੜੇ ਜਾ ਰਹੇ ਸ਼ਰਦਾ ਭੈਣ ਜੀ ਦੀ ਜਾਨ ਬਚਾਈ ਸੀ ਉਸਨੇ ਕਿਤਾਬ ਖੋਲ ਕੇ ਆਪਣੇ ਗੱਤੇ ਹੇਠ ਰੱਖ ਲਈ ਉਹ ਕਿਤਾਬ ਵਿੱਚੋਂ ਵੇਖ-ਵੇਖ ਕੇ ਸਵਾਲਾਂ ਦੇ ਜਵਾਬ ਲਿਖਣ ਲੱਗਾ ਸ਼ਰਦਾਪੈਣ ਜੀ ਨੇ ਉਸ ਨੂੰ ਨਕਲ ਕਰਦੇ ਨੂੰ ਵੇਖ ਲਿਆ ਉਹ ਉਸ ਕੋਲ ਆਏ ਅਤੇ ਖਲੋ ਗਏ ਉਹ ਹਰਦੀਪ ਨੂੰ ਕਿਤਾਬ ਵਿੱਚੋਂ ਨਕਲ ਕਰਦਿਆਂ ਦੇਖ ਕੇ ਕਹਿਣ ਲੱਗੇ ਬੇਟਾ ਹਰਦੀਪ ਤੂੰ ਇਹ ਕੀ ਕਰ ਰਿਹਾ ਹੈ ਆਹ ਤੇਰੇ ਗੱਤੇ ਹੇਠ ਕੀ ਏ ਸ਼ਰਦਾਪੈਣ ਜੀ ਨੇ ਉਸ ਦੇ ਗੱਤੇ ਹੇਠ ਰੱਖੀ ਕਿਤਾਬ ਫੜ ਲਈ ਹਰਦੀਪ ਉਹਨਾਂ ਦੇ ਤਰਲੇ ਕਰਨ ਲੱਗਾ ਕਰਨ ਦੇਵੋ ਨਾਲ ਭੈਣ ਜੀ ਮੈਨੂੰ ਨਕਲ ਉਸਨੇ ਸੋਚਿਆ ਕਿ ਸਰਦਾ ਭੈਣ ਜੀ ਉਸ ਦਿਨ ਦੇ ਬਦਲੇ ਵਿੱਚ ਉਸ ਨੂੰ ਨਕਲ ਕਰਨ ਦੇਣਗੇ ਸਰਦਾ ਭੈਣ ਜੀ ਨੇ ਉਸ ਨੂੰ ਕਿਤਾਬ ਨਾ ਦਿੱਤੀ ਉਸਨੇ ਕਿਹਾ ਭੈਣ ਜੀ ਮੈਂ ਤੁਹਾਨੂੰ ਉਸ ਦਿਨ ਰੁੱਣ ਤੋਂ ਬਚਾਇਆ ਸੀ ਭੁੱਲ ਗਿਆ ਤੁਹਾਨੂੰ ਸਰਦਾ ਭੈਣ ਜੀ ਨੇ بڑے ਠਰਮੇ ਨਾਲ ਕਿਹਾ ਠਰਮੇ ਨਾਲ ਉਸ ਨੂੰ ਕਿਹਾ ਬੇਟਾ ਮੈਂ ਵੀ ਤਾਂ ਤੈਨੂੰ ਰੁੜੇ ਜਾਂਦੇ ਨੂੰ ਹੀ ਬਚਾ ਰਹੀ ਹਾਂ ਮੈਂ ਤਾਂ ਉਸ ਦਿਨ ਨਦੀ ਦੇ ਪਾਣੀ ਵਿੱਚ ਰੁੱਣ ਲੱਗੀ ਸਾਂ ਪਰ ਤੂੰ ਜਿਹੜੀ ਨਕਲ ਨਦੀ ਬਰਦੂ ਜਿਹੜੀ ਨਾ ਪਰ ਤੂੰ ਜਿਹੜੀ ਨਕਲ ਵਾਲੀ ਨਦੀ ਵਿੱਚ ਰੁੜਨ ਲੱਗਾ ਏ ਇਹ ਉਸ ਤੋਂ ਵੀ ਵੱਧ ਮਾਰੂ ਏ ਤੂੰ ਠੀਕ ਢੰਗ ਨਾਲ ਪੜ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਗਾ ਬਸ ਇਹੋ ਜ਼ਿੰਦਗੀ ਦੀ ਅਸਲ ਸਿੱਖਿਆ ਹੈ ਇਹੋ ਪੜਾਈਏ ਹਰਦੀਪ ਨੂੰ ਲੱਗਾ ਜਿਵੇਂ ਛੜਦਾ ਭੈਣ ਜੀ 100% ਦੀ ਸੱਚ ਆਖ ਰਹੇ ਹਨ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਪਰਚਾ ਹੱਲ ਕਰਨ ਲੱਗਾ ਔਖੇ ਸ਼ਬਦਾਂ ਦੇ ਅਰਥ ਬਾਲਾਂ ਬੱਚਿਆਂ ਰਮੇ ਨਾਲ ਤੀਰਜ ਨਾਲ 100% ਦਾ 100 ਵਿੱਚੋਂ 100 100 ਪ੍ਰਤੀਸ਼ਤ ਚੰਬਲਣਾ ਸ਼ਰਾਰਤਾਂ ਕਰਨਾ ਮਾਰੂ ਖਤਰਨਾਕ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਹਮੇਸ਼ਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰੋ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝੋ ਲੋੜਵੰਦਾਂ ਦੀ ਹਮੇਸ਼ਾ ਮਦਦ ਕਰੋ ਮਿਹਨਤ ਦਾ ਪੱਲਾ ਨਾ ਛੱਡੋ ਸਮੇਂ ਦੀ ਕਦਰ ਕਰੋ ਪਾਠ ਵਿਆਸ ਹੁਣ ਆਪਾਂ ਪਾਠ ਵਿਆਸ ਕਰਾਂਗੇ ਬੱਚਿਓ ਨੰਬਰ 1 بارش ਜ਼ਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ ਇਹਦਾ ਉੱਤਰ ਇਹ ਵਾਲਾ ਲਿਖਿਆ ਹੋਇਆ ਹੈ بارش ਜ਼ਿਆਦਾ ਹੋਣ ਨਾਲ ਨਦੀ ਦਾ ਪਾਣੀ ਨਦੀ ਦਾ ਵਹਾਅ ਤੇਜ਼ ਹੋ ਜਾਂਦਾ ਸੀ ਪ੍ਰਸ਼ਨ ਨੰਬਰ 2 ਹੈਗੇ ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾਂ ਹੇਠੋਂ ਰੇਤ ਖਿਸਕਦੀ ਜਾਂਦੀ ਸੀ ਨੰਬਰ 3 ਹਰਦੀਪ ਸ਼ਰਦਾ ਭੈਣ ਜੀ ਦੇ ਤਰਲੇ ਕਿਉਂ ਕਰ ਰਿਹਾ ਸੀ ਹਰਦੀਪ ਸ਼ਰਦਾ ਭੈਣ ਜੀ ਦੇ ਤਰਲੇ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਉਹ ਉਸ ਨੂੰ ਨਕਲ ਕਰ ਤਾਂ ਜੋ ਉਹ ਉਸ ਨੂੰ ਨਕਲ ਕਰ ਲੈਣ ਦੇਣ ਨਕਲ ਕਰਨ ਦੇਣ ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ਇਸ ਕਹਾਣੀ ਦੀ ਅਸਲੀ ਸਿੱਖਿਆ ਇਹ ਹੈ ਕਿ ਜ਼ਿੰਦਗੀ ਦੀ ਨਦੀ ਦੇ ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜਾਈ ਕਰਕੇ ਹੀ ਪਾਰ ਹੁੰਦੀ ਹੈ ਨਕਲ ਕਰਕੇ ਨਹੀਂ ਕਹਾਣੀ ਹੀਟ ਹੋ ਕਹਾਣੀ ਵਿੱਚੋਂ ਹੀਟ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਉਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ ਬਚਾ ਹੋ ਗਿਆ ਇੱਥੇ ਸੱਕ ਸਾਨੂੰ ਪੈਰਾ ਹੈ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 1 ਸ਼ਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ ਸ਼ਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਨੇ ਫੜਿਆ ਹੋਇਆ ਸੀ ਪ੍ਰਸ਼ਨ ਨੰਬਰ 2 ਸ਼ਰਦਾ ਭੈਣ ਜੀ ਨਦੀ ਵਿੱਚ ਕਿਉਂ ਰੋੜਨ ਲੱਗੇ ਸਨ ਸ਼ਰਦਾ ਭੈਣ ਜੀ ਨਦੀ ਵਿੱਚ ਇਸ ਕਰਕੇ ਰੋੜਨ ਲੱਗੇ ਸਨ ਕਿਉਂਕਿ ਉਹਨਾਂ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਹਰਦੀਪ ਕਿਸ ਕਲਾਸ ਵਿੱਚ ਪੜਦਾ ਸੀ ਜਮਾਤ ਵਿੱਚ ਪੜਦਾ ਸੀ ਹਰਦੀਪ ਨੌਵੀਂ ਜਮਾਤ ਵਿੱਚ ਪੜਦਾ ਸੀ ਹਰਦੀਪ ਨੇ ਸ਼ਰਦਾ ਭੈਣ ਜੀ ਨੂੰ ਕਿਵੇਂ ਬਚਾਇਆ ਹਰਦੀਪ ਨੇ ਇੱਕਦਮ ਪਾਣੀ ਵਿੱਚ ਛਾਲ ਮਾਰੀ ਤੇ ਤਰਦਾ ਹੋਇਆ ਸ਼ਰਦਾ ਭੈਣ ਜੀ ਦੇ ਕੋਲ ਪੁੱਜਾ ਉਹਨਾਂ ਨੂੰ ਡੂੰਘੇ ਪਾਣੀ ਤੋਂ ਬਚਾ ਕੇ ਘੱਟ ਪਾਣੀ ਵੱਲ ਲੈ ਆਇਆ ਖੇਡ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਨਦੀ ਸਾਡੇ ਪਿੰਡ ਕੋਲ ਇੱਕ ਨਦੀ ਹੈ ਪਾਣੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਸਨਮਾਨ ਹਰਦੀਪ ਦਾ ਪ੍ਰਿੰਸੀਪਲ ਜੀ ਨੇ ਸਨਮਾਨ ਕੀਤਾ ਹੁਸ਼ਿਆਰ ਰਾਧਿਕਾ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਨਕਲ ਸਾਨੂੰ ਕਦੇ ਵੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਬੱਦ ਕਟ ਨਿੱਕਾ ਵੱਡਾ ਉੱਚਾ ਨੀਮਾ ਹੌਲੀ ਤੇਜ ਡੁੱਬਣਾ ਤਰਨਾ ਹੁਸ਼ਿਆਰ ਕਮਜ਼ੋਰ ਪਾਸ ਫੇਲ ਬਹੁਤਾ ਥੋੜਾ ਹੇਠ ਉੱਪਰ ਜਾਂ ਫਿਰ ਉੱਤੇ ਜ਼ਿੰਦਗੀ ਮੌਤ ਦਿੱਤੇ ਹੋਏ ਸ਼ਬਦਾਂ ਵਿੱਚੋਂ ਟੁਕਮੇ ਵਿਸ਼ੇਸ਼ਣ ਚੁਣ ਕੇ ਖਾਲੀ ਥਾਵਾਂ ਭਰੋ ਅੱਜ ਨਦੀ ਵਿੱਚ ਡੈਸ਼ ਪਾਣੀ ਸੀ ਕੀ ਪਾਣੀ ਸੀ ਬਹੁਤਾ ਨੰਬਰ 2 ਡਰਾਈਵਰ ਬੱਸਾਂ ਡੈਸ਼ ਥਾਂ ਖੜੀਆਂ ਕਰ ਦਿੰਦੇ ਸਨ ਉੱਚੀ ਥਾਂ ਪਾਣੀ ਦਾ ਬਹਾਰ ਡੈਸ਼ ਜਾਂਦਾ ਸੀ ਵੱਧ ਉਹ ਡੈਸ਼ ਨਦੀ ਪਾਰ ਕਰ ਰਹੇ ਸਨ ਹੌਲੀ ਹੌਲੀ ਨੰਬਰ 5 ਇੱਕ ਦਿਨ ਡੈਸ਼ ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ ਨੌਵੀਂ ਜਮਾਤ ਦਾ ਉਹ ਪੜਾਈ ਵਿੱਚ ਬਹੁਤ ਡੈਸ਼ ਨਹੀਂ ਸੀ ਹੁਸ਼ਿਆਰ ਉਹ ਪੜਾਈ ਵਿੱਚ ਹੁਸ਼ਿਆਰ ਬਹੁਤ ਹੁਸ਼ਿਆਰ ਨਹੀਂ ਸੀ ਕਿਰਦਿਕੇ ਸ਼ਬਦਾਂ ਨੂੰ ਵਚਨ ਬਦਲ ਕੇ ਲਿਖੋ ਬੱਸ ਪਿੰਡ ਤੱਕ ਨਹੀਂ ਆਈ ਬੱਸਾਂ ਪਿੰਡਾਂ ਤੱਕ ਨਹੀਂ ਆਈਆਂ ਇੱਥੇ ਪਿੰਡਾਂ ਲਿਖਿਆ ਜਾਏਗਾ ਠੀਕ ਹੈ ਪਿੰਡਾਂ ਬਸਾਂ ਪਿੰਡਾਂ ਤੱਕ ਨਹੀਂ ਆਈਆਂ ਨੰਬਰ 2 ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ ਇਸ ਕਹਾਣੀ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਉਸ ਨੂੰ ਸੰਖੇਪ ਕਰਕੇ ਲਿਖੋ ਉੱਤਰ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਪੇਪਰਾਂ ਵਿੱਚ ਨਕਲ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਮਿਹਨਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਨਕਲ ਮਾਰ ਕੇ ਲਏ ਗਏ ਨੰਬਰਾਂ ਦਾ ਕੋਈ ਮੁੱਲ ਨਹੀਂ ਹੁੰਦਾ ਬੱਚੋ ਇਹ ਪਾਠ ਜਿਹੜਾ ਪੂਰਾ ਹੋ ਚੁੱਕਿਆ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ